Un bola de hierro. ਲਾਤੀ ਓਏ ਲਾਤੀ ਲਾਤੀ ਮੰਮੀ ਦੀ ਤਾਂ ਝੂਠ ਬਹੁਤ। ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਤੁਹਾਡਾ ਬਚਪਨ ਯਾਦ ਆਵੇਗਾ। ਇੱਕ ਹੋਰ ਹੈ ਖਾਸ ਇਸ ਵੀਡੀਓ ਦੇ ਵਿੱਚ, ਉਹ ਹੈ 80 ਸਾਲ ਦੀ ਬੇਬੇ ਜੋ ਆਪਣੀਆਂ ਨੂੰਹਾਂ ਅਤੇ ਜਵਾਕਾਂ ਦੇ ਨਾਲ ਰੋਜ਼ ਹੀ ਬੰਟੇ ਖੇਡਦੀ ਹੈ। ਦੱਸਦੀ ਕਿ ਇਸ ਬਜ਼ੁਰਗ ਦਾ ਦਿਲਚਸਪ ਅੰਦਾਜ਼ ਖਿੱਚ ਦਾ ਕੇਂਦਰ ਬਣਿਆ ਹੋਇਆ ਅੱਜ ਵੀ ਇਹ 80 ਸਾਲ ਦੀ ਬੇਬੇ ਅਰਜਨ ਦੀ ਤਰ੍ਹਾਂ ਨਿਸ਼ਾਨੇ ਲਾਉਂਦੀ ਹੈ। ਰੋਜ਼ ਹੀ ਆਪਣੇ ਪੋਤੇ ਪੋਤੀਆਂ ਦੇ ਨਾਲ ਬੰਟੇ ਖੇਡਦੀ ਹੈ, ਨੂੰਹਾਂ ਨੂੰ ਬੰਟੇ ਸਿਖਾਉਂਦੀ ਵੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋਈ। ਤਸਵੀਰਾਂ ਦੇ ਵਿੱਚ ਦੇਖ ਕੇ ਸਾਫ਼ ਹੋ ਰਿਹਾ ਕਿ 80 ਸਾਲ ਦੀ ਉਮਰ ਦੇ ਵਿੱਚ ਅੱਜ ਵੀ ਇਹ ਬਜ਼ੁਰਗ ਪੂਰੀ ਫਿੱਟ ਹੈ। ਅੰਮ੍ਰਿਤਸਰ ਦੀ ਇਹ ਵੀਡੀਓ ਹੈ। ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਕਿਵੇਂ ਬੱਚਿਆਂ ਦੇ ਨਾਲ ਬੰਟੇ ਖੇਡਦੀ ਹੈ। 80 ਸਾਲ ਇਸ ਦੀ ਉਮਰ ਹੋ ਚੁੱਕੀ ਹੈ। ਅਕਸਰ ਇਸ ਉਮਰ ਦੇ ਵਿੱਚ ਇਲਾਜ ਸ਼ੁਰੂ ਹੋ ਜਾਂਦੇ ਹਨ, ਗੋਡੇ ਦੁਖਣੇ ਸ਼ੁਰੂ ਹੋ ਜਾਂਦੇ ਹਨ, ਪਰ ਇਹ ਬਜ਼ੁਰਗ ਜਿਸ ਨੇ ਪੁਰਾਣੀਆਂ ਖੁਰਾਕਾਂ ਖਾਧੀਆਂ ਨੇ ਅੱਜ ਵੀ ਪੂਰੀ ਤਰ੍ਹਾਂ ਕਾਇਮ ਹੈ, ਫਿੱਟ ਹੈ, ਆਪਣੀਆਂ ਨੂੰਹਾਂ ਪੋਤੇ ਪੋਤੀਆਂ ਦੇ ਨਾਲ ਬੰਟੇ ਖੇਡਦੀ ਨਜ਼ਰ ਆ ਰਹੀ ਹੈ। ਆਓ ਇੱਕ ਵਾਰ ਪੂਰੀ ਵੀਡੀਓ ਦੇਖੋ। ਹੁਣ ਬੰਦੇ ਖਿੱਚਣ ਚੱਲੇ ਆ। ਲਾਤੀ ਓਏ ਲਾਤੀ ਲਾਤੀ ਮੰਮੀ ਦੀ ਤਾਂ ਝੂਠ ਬਹੁਤ। ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਤੁਹਾਡਾ ਬਚਪਨ ਯਾਦ ਆਵੇਗਾ। ਇੱਕ ਹੋਰ ਹੈ ਖਾਸ ਇਸ ਵੀਡੀਓ ਦੇ ਵਿੱਚ, ਉਹ ਹੈ 80 ਸਾਲ ਦੀ ਬੇਬੇ ਜੋ ਆਪਣੀਆਂ ਨੂੰਹਾਂ ਅਤੇ ਜਵਾਕਾਂ ਦੇ ਨਾਲ ਰੋਜ਼ ਹੀ ਬੰਟੇ ਖੇਡਦੀ ਹੈ। ਦੱਸਦੀ ਕਿ ਇਸ ਬਜ਼ੁਰਗ ਦਾ ਦਿਲਚਸਪ ਅੰਦਾਜ਼ ਖਿੱਚ ਦਾ ਕੇਂਦਰ ਬਣਿਆ ਹੋਇਆ ਅੱਜ ਵੀ ਇਹ 80 ਸਾਲ ਦੀ ਬੇਬੇ ਅਰਜਨ ਦੀ ਤਰ੍ਹਾਂ ਨਿਸ਼ਾਨੇ ਲਾਉਂਦੀ ਹੈ। ਰੋਜ਼ ਹੀ ਆਪਣੇ ਪੋਤੇ ਪੋਤੀਆਂ ਦੇ ਨਾਲ ਬੰਟੇ ਖੇਡਦੀ ਹੈ, ਨੂੰਹਾਂ ਨੂੰ ਬੰਟੇ ਸਿਖਾਉਂਦੀ ਵੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋਈ। ਤਸਵੀਰਾਂ ਦੇ ਵਿੱਚ ਦੇਖ ਕੇ ਸਾਫ਼ ਹੋ ਰਿਹਾ ਕਿ 80 ਸਾਲ ਦੀ ਉਮਰ ਦੇ ਵਿੱਚ ਅੱਜ ਵੀ ਇਹ ਬਜ਼ੁਰਗ ਪੂਰੀ ਫਿੱਟ ਹੈ। ਅੰਮ੍ਰਿਤਸਰ ਦੀ ਇਹ ਵੀਡੀਓ ਹੈ। ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਕਿਵੇਂ ਬੱਚਿਆਂ ਦੇ ਨਾਲ ਬੰਟੇ ਖੇਡਦੀ ਹੈ। 80 ਸਾਲ ਇਸ ਦੀ ਉਮਰ ਹੋ ਚੁੱਕੀ ਹੈ। ਅਕਸਰ ਇਸ ਉਮਰ ਦੇ ਵਿੱਚ ਇਲਾਜ ਸ਼ੁਰੂ ਹੋ ਜਾਂਦੇ ਹਨ, ਗੋਡੇ ਦੁਖਣੇ ਸ਼ੁਰੂ ਹੋ ਜਾਂਦੇ ਹਨ, ਪਰ ਇਹ ਬਜ਼ੁਰਗ ਜਿਸ ਨੇ ਪੁਰਾਣੀਆਂ ਖੁਰਾਕਾਂ ਖਾਧੀਆਂ ਨੇ ਅੱਜ ਵੀ ਪੂਰੀ ਤਰ੍ਹਾਂ ਕਾਇਮ ਹੈ, ਫਿੱਟ ਹੈ, ਆਪਣੀਆਂ ਨੂੰਹਾਂ ਪੋਤੇ ਪੋਤੀਆਂ ਦੇ ਨਾਲ ਬੰਟੇ ਖੇਡਦੀ ਨਜ਼ਰ ਆ ਰਹੀ ਹੈ। ਆਓ ਇੱਕ ਵਾਰ ਪੂਰੀ ਵੀਡੀਓ ਦੇਖੋ। ਹੁਣ ਬੰਦੇ ਖਿੱਚਣ ਚੱਲੇ ਆ। ਲਾਤੀ ਓਏ ਲਾਤੀ ਲਾਤੀ ਮੰਮੀ ਦੀ ਤਾਂ ਝੂਠ ਬਹੁਤ।